आदमी दे पहले माता दे शरीर विच शरीर बनना शुरू होया तां उस वेले सतगुरु कहिंदे ने कि संसार विच जन्म लैण तों बाद इहदे अंदर मैं बनी हो मैं बनी ममता जिसनूं कहिआ है मम अत अत दी मैं ममता हो मैं ममता मोहनी जिन बिन जगत दंता जग खाया मनमुख खादे गुरमुख उदरे गुरमुख उभरे जिनी सच नाम चित लाया बिन नावे जग कमला फिरै गुरमुख नदरी आया। ये ममता शब्द जिहड़ा है ये बहुत ही मोह दा एक डूंगा रूप है। ਜਿਵੇਂ ਆਪਾਂ ਮੋਹ ਸ਼ਬਦ ਵੀ ਵਰਤਨੇ ਆਪਾਂ ਮੈਂ ਸ਼ਬਦ ਵੀ ਵਰਤਨੇ ਮੈਂ ਮੇਰੀ ਵੀ ਵਰਤਿਆ ਜਾਂਦਾ ਹੈ ਅਹੰਗ ਰੋਗ ਵੀ ਕਿਹਾ ਜਾਂਦਾ ਹੈ ਹਉ ਮੈਂ ਵੀ ਕਹਿੰਦੇ ਤੇ ਇਹਦੇ ਵਿੱਚ ਮਮਤਾ ਸ਼ਬਦ ਜਿੱਥੇ ਆਏਗਾ ਉੱਥੇ ਮੈਂ ਦੋ ਵਾਰੀ ਆਏਗਾ ਮਮਤਾ ਮੈਂ ਦੀ ਅਤ ਗਹਿਰੀ ਦਸ਼ਾ ਕਿ ਮੈਂ ਹਾਂ ਇਹ ਇੱਕ ਅੰਦਰ ਦਾ ਭਰਮ ਹੈ ਕਿ ਮੈਂ ਇਹ ਮੈਂ ਸਹਿਜੇ ਸਹਿਜੇ ਵੱਧਦਾ ਜਾਂਦਾ ਹੈ। ਸਤਿਗੁਰੂ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਇੱਥੋਂ ਮਮਤਾ ਸ਼ੁਰੂ ਹੋਈ ਦੁੱਧ ਤੋਂ ਗੱਲ ਸ਼ੁਰੂ ਹੁੰਦੀ ਹੈ ਦੁੱਧ ਮਮਤਾ ਵਿੱਚ ਪਿਆਇਆ ਜਾਂਦਾ ਤਾਂ ਕਿ ਇਹਨੂੰ ਮੋਹ ਬਣੇ ਸੰਸਾਰ ਦਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸ਼ੁੱਧ ਇਸ ਤਰ੍ਹਾਂ ਮਮਤਾ ਵੱਡੀ ਹੁੰਦੀ ਗਈ ਅਤੇ ਉਹ ਭਰਮ ਅਤੇ ਹਉਮੈ ਦਾ ਰੂਪ ਇੰਨਾ ਵਿਕਰਾਲ ਹੋ ਗਿਆ ਕਿ ਫਿਰ ਉਸ ਹਉਮੈ ਦੇ ਆਧਾਰ 'ਤੇ ਬੰਦੇ ਨੇ ਪਰਮਾਤਮਾ ਨੂੰ ਮੰਨਣਾ ਹੀ ਬੰਦ ਕਰ ਦਿੱਤਾ। ਜੇ ਮੰਨਿਆ ਵੀ ਹੈ ਉਹ ਵੀ ਇੱਕ ਸਿਰਫ ਰੀਤ ਹੈ ਲੋਕ ਸੁਣਾਉਂਦੇ ਰਹਿੰਦੇ ਨੇ ਰੱਬ ਹੈ ਕੁਝ ਲਿਖਦੇ ਰਹਿੰਦੇ ਨੇ ਪਰਮਾਤਮਾ ਹੈ ਕੁਝ ਸੁਣਦੇ ਰਹਿੰਦੇ ਨੇ ਕੁਝ ਪੜ੍ਹਦੇ ਰਹਿੰਦੇ ਕੋਈ ਗਾਉਂਦਾ ਹੈ ਕੋਈ ਨਾਲ ਝੂਮ ਜਾਂਦਾ ਹੈ ਪਰ ਅਸਲ ਵਿੱਚ ਉਹਦੀ ਹੋਂਦ ਨੂੰ ਸਵੀਕਾਰਨਾ ਬਹੁਤ ਕਠਿਨ ਹੈ। ਪਰਮਾਤਮਾ ਦੀ ਹੋਂਦ ਨੂੰ ਸਵੀਕਾਰਿਆ ਹੀ ਉਦੋਂ ਜਾਂਦਾ ਹੈ ਜਦੋਂ ਅਸੀਂ ਮੰਨ ਜਾਈਏ ਕਿ ਮੈਂ ਕੁਝ ਵੀ ਨਹੀਂ ਕਰ ਰਿਹਾ ਇੱਥੋਂ ਤੱਕ ਮੰਨਿਆ ਜਾਏ ਕਿ ਮੈਂ ਆਪਣਾ ਹੱਥ ਵੀ ਨਹੀਂ ਹਿਲਾ ਰਿਹਾ ਇਹ ਵੀ ਉਹ ਹਿਲਾ ਰਿਹਾ ਹੈ ਮੈਂ ਦੇਖ ਵੀ ਨਹੀਂ ਸਕਦਾ ਉਹ ਮੈਨੂੰ ਦਿਖਾ ਰਿਹਾ ਹੈ ਯਾਨੀ ਕਿ ਮੈਂ ਕੋਈ ਵੀ ਕਿਰਿਆ ਨਹੀਂ ਕਰ ਰਿਹਾ ਮੇਰੇ ਸਰੀਰ ਦੇ ਵਿੱਚ ਵੀ ਜਿਹੜੀਆਂ ਕਿਰਿਆਵਾਂ ਨੇ ਉਹ ਖੁਦ ਹੀ ਕਰ ਰਿਹਾ ਉਸ ਵੇਲੇ ਕਹਾਂਗੇ ਅਸੀਂ ਉਹਦੀ ਹੋਂਦ ਨੂੰ ਮੰਨਣ ਵਾਸਤੇ ਤੁਰੇ ਹਾਂ ਔਰ ਜਿੱਥੇ ਉਹਨੂੰ ਕਰਤਾ ਪੁਰਖ ਕਿਹਾ ਕਰਤਾ ਪੁਰਖ ਦਾ ਮਤਲਬ ਹੈ ਕਰਨ ਵਾਲਾ ਸਿਰਫ ਕੋਈ ਹੈ ਪਰਮਾਤਮਾ ਇਹ ਕਰਤਾ ਉਹਨੂੰ ਉਹਨੇ ਮੰਨਿਆ ਜਿਹਨੇ ਆਪਣੇ ਆਪ ਨੂੰ ਵਿੱਚੋਂ ਖਾਲੀ ਕਰ ਲਿਆ ਹਉਮੈ ਨੂੰ ਮਾਰ ਦਿੱਤਾ ਮੈਂ ਨੂੰ ਛੱਡ ਦਿੱਤਾ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੁਰ ਪੂਰੈ ਹੋਮੈ ਮਲ ਧੋਈ ਮੇਰੇ ਮਨ ਦੇ ਵਿੱਚ ਜਿਹੜੀ ਮੈਂ ਸੀ ਨਾ ਮੇਰੀ ਮੇਰੀ ਸੀ ਮੈਂ ਹੀ ਸਭ ਕੁਝ ਹਾਂ ਮੈਂ ਹੀ ਸਭ ਕੁਝ ਹਾਂ ਇਹ ਪੂਰੇ ਗੁਰੂ ਨੇ ਅੰਦਰੋਂ ਧੋ ਦਿੱਤੀ ਇਹ ਸਾਡੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਮੈਲ ਜਮੀ ਹੋਈ ਸੀ ਜ਼ਿੰਦਗੀ ਦੀ ਤਸਵੀਰ ਹੋਰ ਕਿਤੇ ਨਹੀਂ ਦਿਸੇਗੀ ਆਪਣੇ ਆਪੇ ਵਿੱਚੋਂ ਜਿਹਦੇ ਉੱਤੇ ਮੈਲ ਜੰਮ ਗਈ ਹੈ ਜਿਸ ਆਪੇ ਦੇ ਉੱਤੇ ਹਉਮੈ ਦੀ ਮੈਲ ਜੰਮੀ ਹੋਈ ਹੈ ਸਾਹਮਣੇ ਸ਼ੀਸ਼ਾ ਹੋਵੇ ਸਤ ਸੰਗਤ ਸ਼ੀਸ਼ੇ ਦੇ ਉੱਤੇ ਮਿੱਟੀ ਜੰਮ ਜਾਏ ਸ਼ੀਸ਼ੇ ਦੇ ਉੱਤੇ ਮੈਲ ਜੰਮ ਜਾਏ ਉਹਦੇ ਸਾਹਮਣੇ ਜਦੋਂ ਅਸੀਂ ਵੇਖਾਂਗੇ ਤੇ ਉਹ ਸ਼ੀਸ਼ਾ ਜੋ ਹੈ ਸਾਨੂੰ ਖਬਰ ਨਹੀਂ ਦੇਗਾ ਕਿਉਂਕਿ ਉਹਦੇ ਉੱਤੇ ਮਿੱਟੀ ਜੰਮ ਚੁੱਕੀ ਹੈ ਉਹਦੇ ਉੱਤੇ ਮੈਲ ਜੰਮ ਚੁੱਕੀ ਹੈ ਇਸ ਤਰ੍ਹਾਂ ਜੀਵਨ ਕੀ ਹੈ ਸੁੱਖ ਕੀ ਹੈ ਆਨੰਦ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਇਹਦੀ ਖਬਰ ਮਿਲੇਗੀ ਤੇਰੇ ਮਨ ਰੂਪੀ ਸ਼ੀਸ਼ੇ ਦੇ ਵਿੱਚੋਂ ਤੇਰੇ ਆਪਣੇ ਆਪ ਵਿੱਚੋਂ ਜਦੋਂ ਤੂੰ ਆਪਣੇ ਆਪ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਗਾ ਆਪਣੇ ਆਪ ਨੂੰ ਧੋਣਾ ਸ਼ੁਰੂ ਕਰ ਦੇਗਾ ਤਾਂ ਧੋਂਦਿਆਂ ਧੋਂਦਿਆਂ ਇੱਕ ਦਿਨ ਜਦੋਂ ਤੇਰਾ ਆਪਣਾ ਆਪ ਸ਼ੁੱਧ ਹੋ ਗਿਆ ਤੇਰੇ ਆਪਣੇ ਆਪ ਵਿੱਚੋਂ ਹੀ ਤੈਨੂੰ ਜੀਵਨ ਦੀ ਸੁਗੰਧ ਹੀ ਆਉਣ ਲੱਗ ਪੈਗੀ ਪਰਮਾਤਮਾ ਦੇ ਦੀਦਾਰ ਨੂੰ ਹੋਰ ਕੋਈ ਰਸਤਾ ਹੀ ਨਹੀਂ ਹੈ ਹੋਰ ਕੋਈ ਰਾਹ ਨਹੀਂ ਉਹਨੂੰ ਵੇਖਣ ਦਾ ਉਸਦੇ ਦੀਦਾਰ ਕਰਨ ਦਾ ਰਸਤਾ ਸਿਰਫ ਤੇ ਸਿਰਫ ਇੱਕੋ ਹੀ ਹੈ ਉਹ ਰਸਤਾ ਹੈ ਮਨੁੱਖ ਦਾ ਆਪਣਾ ਆਪ ਸ਼ੁੱਧ ਹੋ ਜਾਏ
ਆਪਣੇ ਆਪ ਨੂੰ ਧੋ ਦਿੱਤਾ ਜਾਏ ਤਾਂ ਇਹ ਧੋਣ ਦੀ ਪ੍ਰਕਿਰਿਆ ਹੀ ਹੈ, ਸਰੋਵਰ ਹੈ। ਗੁਰਦੁਆਰਾ ਕੀ ਹੈ? ਸਰੋਵਰ ਵਰਗਾ ਹੈ, ਇਹਦੇ ਵਿੱਚ ਨਾਮ ਦਾ ਪਾਣੀ ਹੈ। ਤਾਂ ਨਾਮ ਜਿਉਂ ਜਿਉਂ ਅੰਦਰ ਜਾਏਗਾ, ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਜਿਉਂ ਜਿਉਂ ਮੈਲ ਲੱਥੇਗੀ। ਜਿੰਨੀਆਂ ਬਾਣੀ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ, ਜਿੰਨੇ ਗਿਆਨ ਨੇ, ਉਹਦੇ ਤੋਂ ਬਾਅਦ ਕਈ ਵਾਰੀ ਤਾਂ ਇਸ ਤਰ੍ਹਾਂ ਵੀ ਵਾਪਰਦਾ, ਬਿਨਾਂ ਸਮਝਾਉਣ ਤੋਂ ਬਾਣੀ ਸਮਝ ਵਿੱਚ ਆਉਣੀ ਸ਼ੁਰੂ। ਕਈ ਗੁਰਮੁਖਾਂ ਦਾ ਤਜਰਬਾ ਕਿ ਸਾਰੀ ਉਮਰ ਅਸੀਂ ਸੁਣਦੇ ਰਹੇ, ਸੁਣ ਸੁਣ ਕੇ ਕੁਝ ਚੀਜ਼ਾਂ ਸਮਝ ਨਹੀਂ ਸਨ ਲੱਗੀਆਂ, ਪਤਾ ਨਹੀਂ ਸੀ ਲੱਗਦਾ। ਪਰ ਜਦੋਂ ਅਸੀਂ ਇਹ ਬਾਣੀ ਦੇ ਅਨੁਸਾਰ ਜੀਵਨ ਬਿਤਾਇਆ, ਸਿਮਰਨ ਕੀਤਾ, ਨਿਤਨੇਮ ਕੀਤਾ, ਸਿੱਖੀ ਦੀ ਕਮਾਈ ਕੀਤੀ, ਅਤੇ ਅੰਦਰ ਜਦੋਂ ਉਹ ਜਿਹੜਾ ਉਜਾਲਾ ਹੋ ਗਿਆ, ਸ਼ੁੱਧ ਹੋ ਗਿਆ, ਉਹਦੇ ਵਿੱਚੋਂ ਇਹਨਾਂ ਚੀਜ਼ਾਂ ਦੇ ਆਪਣੇ ਆਪ ਗਿਆਨ ਮਿਲਣੇ ਸ਼ੁਰੂ ਹੋ ਗਏ, ਸਮਝ ਆ ਗਈ ਜ਼ਿੰਦਗੀ ਕੀ ਹੈ। ਤਾਂ ਇਹ ਸਾਰਾ ਸੰਸਾਰ ਇੱਕ ਭਰਮ ਦਾ ਰੂਪ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਸਹਿਸ ਘਟਾ ਮੈਂ ਏਕ ਆਕਾਸ਼, ਸਹਿਸ ਘਟਾ ਘੱਟ ਕਹਿੰਦੇ ਨੇ ਘੜੇ ਨੂੰ, ਸਹਿਸ ਕਹਿੰਦੇ ਹਜ਼ਾਰਾਂ, ਹਜ਼ਾਰਾਂ ਘੜਿਆਂ ਦੇ ਵਿੱਚ ਜਿਵੇਂ ਹਜ਼ਾਰਾਂ ਹੀ ਘੜੇ ਤੁਸੀਂ ਬਾਹਰ ਰੱਖ ਦਿਓ, ਉਹਨਾਂ ਵਿੱਚ ਪਾਣੀ ਭਰ ਦਿਓ, ਉਸ ਪਾਣੀ ਦੇ ਵਿੱਚ ਸਾਰਿਆਂ ਘੜਿਆਂ ਦੇ ਵਿੱਚ ਇੱਕ ਇੱਕ ਸੂਰਜ ਦਿਸੇਗਾ। ਆਕਾਸ਼ ਵਿੱਚ ਇੱਕੋ ਹੀ ਸੂਰਜ ਹੈ, ਉਹਦੇ ਵਿੱਚ ਵੱਖਰਾ ਵੱਖਰਾ ਸੂਰਜ ਜਿਹੜਾ ਹੈ ਨਜ਼ਰ ਆਵੇਗਾ, ਵੱਖਰਾ ਵੱਖਰਾ ਸੂਰਜ, ਵੱਖਰਾ ਵੱਖਰਾ ਆਕਾਸ਼ ਦਿਸੇਗਾ। ਹਰ ਇੱਕ ਘੜੇ ਦਾ ਆਪਣੇ ਆਕਾਸ਼ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਨੇ ਜੀਵਨ ਦੇ ਵਿੱਚ ਜਿਹੜੇ ਮਨ ਦੇ ਸਾਡੇ ਕਈ ਟੁਕੜੇ ਹੋ ਗਏ, ਕਈ ਘੜੇ, ਘੜੇ ਦਾ ਮਤਲਬ ਮਨ ਜਿਹੜਾ ਖਿੰਡਿਆ ਹੋਇਆ ਕਈ ਟੁਕੜਿਆਂ ਵਿੱਚ। ਕਬੀਰ ਮਨ ਪੰਖੀ ਪਾਇਓ, ਉੱਡ ਉੱਡ ਦਹਿ ਦੇ ਸਜਾਏ, ਜੋ ਜੈਸੀ ਸੰਗਤ ਮਿਲਾ ਸੋ ਤੈ ਸੋ ਫਲ ਪਾਏ। ਜਦੋਂ ਇਹ ਕਈ ਟੁਕੜਿਆਂ ਵਿੱਚ ਸਾਡਾ ਜੀਵਨ ਵੰਡਿਆ ਗਿਆ, ਖਿੰਡ ਗਿਆ, ਅਤੇ ਉਸ ਖਿੰਡੇ ਹੋਏ ਜੀਵਨ ਦੇ ਵਿੱਚ ਸਾਨੂੰ ਸਾਰਾ ਕੁਝ ਵੱਖਰਾ ਵੱਖਰਾ ਦਿਸ ਰਿਹਾ। ਇਹ ਭਰਮ ਹੈ, ਵੱਖਰਾ ਕੁਝ ਨਹੀਂ ਹੈ। ਸਤਿਗੁਰੂ ਕਹਿੰਦੇ ਉਹ ਇੱਕ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਜਿੰਨੇ ਸਰੀਰ ਨੇ, ਜਿੰਨੇ ਘੜੇ ਨੇ, ਸਾਰਿਆਂ ਵਿੱਚ ਇੱਕ ਦੀ ਜੋਤ ਹੈ। ਹਜ਼ੂਰ ਨੇ ਬਚਨ ਕੀਤੇ, ਸਹਿਸ ਤਵ ਨੈਣ ਨਨ ਨੈਣ ਹੈ ਦੋਹੇ ਕੋ, ਹੇ ਅਕਾਲ ਪੁਰਖ ਵਾਹਿਗੁਰੂ, ਇੱਕ ਪਾਸੇ ਵੇਖਦਾ ਤੇਰਾ ਕੋਈ ਸਰੀਰ ਨਹੀਂ ਤੇ ਤੇਰਾ ਕੋਈ ਨੈਣ ਨਹੀਂ, ਦੂਸਰੇ ਪਾਸੇ ਝਾਤੀ ਮਾਰਨਾ ਤੇ ਕਹਿੰਦੇ ਤੇਰੇ ਹਜ਼ਾਰਾਂ ਨੈਣ ਨੇ, ਹਜ਼ਾਰਾਂ ਤੇਰੀਆਂ ਅੱਖਾਂ ਨੇ, ਇੱਕ ਨਹੀਂ ਹਜ਼ਾਰਾਂ ਅੱਖਾਂ। ਹੁਣ ਇਹ ਕਿਹੜੀ ਦਸ਼ਾ? ਇੱਕ ਪਾਸੇ ਤੇ ਇੱਕ ਓਂਕਾਰ ਦੀ ਗੱਲ ਕੀਤੀ, ਦੋ ਰੂਪ ਦੱਸੇ ਨਾ ਬਾਣੀ ਵਿੱਚ। ਇੱਕ ਪਾਸੇ ਸਤਿਗੁਰੂ ਕਹਿੰਦੇ ਵੀ ਪਰਮਾਤਮਾ ਇੱਕ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਉਸ ਇੱਕ ਨੂੰ ਜਪ, ਇੱਕ ਨੂੰ ਧਿਆ, ਇੱਕ ਨੂੰ ਸਿਮਰ। ਪਰ ਦੂਸਰੇ ਪਾਸੇ ਇੱਕ ਹੋਰ ਬਚਨ ਕਹਿੰਦੇ ਨੇ ਕਿ ਜਿੰਨੇ ਲੋਕਾਂ ਵੱਲ ਤੂੰ ਦੇਖੀ ਜਾ ਰਿਹਾ, ਜਿੰਨੇ ਲੋਕਾਂ ਵੱਲ ਤੇਰੀ ਦ੍ਰਿਸ਼ਟੀ ਜਾਂਦੀ ਹੈ, ਉਹਨਾਂ ਦੇ ਵਿੱਚ ਝਾਤੀ ਮਾਰ ਕੇ ਵੇਖ, ਉਹ ਪਰਮਾਤਮਾ ਦਾ ਹੀ ਸਰੂਪ ਉਹਨਾਂ ਵਿੱਚ ਸਮਾਇਆ ਹੋਇਆ, ਹੋਰ ਕੋਈ ਵੱਖਰਾ ਨਹੀਂ ਹੈ, ਉਹ ਇੱਕ ਹੀ ਉਹਨਾਂ ਵਿੱਚ ਬੈਠਾ ਹੋਇਆ ਸਾਰਿਆਂ ਦੇ ਵਿੱਚ। ਇਹ ਦੋ ਪ੍ਰਕਾਰ ਦੇ ਦਰਸ਼ਨ ਨੇ ਪਰਮਾਤਮਾ ਦੇ, ਇੱਕ ਨਿਰਗੁਣ ਦਰਸ਼ਨ। ਨਿਰਗੁਣ ਦਰਸ਼ਨ ਦਾ ਮਤਲਬ ਹੈ ਜਿਹੜੇ ਦੀਦਾਰ ਦਿਸਣ ਵਿੱਚ ਨਹੀਂ ਆਉਂਦੇ ਤੇ ਸਾਰਿਆਂ ਥਾਂ ਤੇ। ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ, ਉਹਨਾਂ ਦੇ ਜੀਵਨ ਦੇ ਵਿੱਚ ਕਈ ਐਸੀਆਂ ਰਵਾਇਤਾਂ ਮਿਲਦੀਆਂ ਨੇ ਕਿ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਨੇ 72 ਵਾਰੀ ਦਰਸ਼ਨ ਦਿੱਤੇ ਸੀ, ਜਦਕਿ ਪਰਮਾਤਮਾ ਤਾਂ ਇੱਕ ਹੈ। ਕਹਾਣੀ ਵਾਲਿਆਂ ਨੇ ਲਿਖਿਆ ਕਿ 72 ਵਾਰੀ ਦਰਸ਼ਨ ਦਿੱਤੇ ਗਏ। ਤਾਂ ਇੱਥੇ ਇੱਕ ਗੱਲ ਖੜੀ ਹੁੰਦੀ, ਜੇ ਇੱਕ ਪਰਮਾਤਮਾ ਹੈ ਉਹਨੇ 72 ਵਾਰੀ ਦਰਸ਼ਨ ਕਿਵੇਂ ਦਿੱਤੇ? ਇਹਦਾ ਕੀ ਕਾਰਨ ਸੀ? ਇੱਕ ਰੱਬ ਹੋਵੇ ਤੇ ਦਰਸ਼ਨ 72 ਵਾਰੀ ਹੋਣ? ਉਹਦਾ ਅਰਥ ਇਹ ਸੀ ਕਿ ਨਾਮਦੇਵ ਨੂੰ ਨਿੱਤ ਹਰ ਰੋਜ਼ ਉਹ ਜਿਹੜੇ ਜੀਵ ਵੱਲ ਤੱਕਦਾ ਸੀ, ਜੀਵ ਦੀ ਗੱਲ ਛੱਡੋ, ਉਹ ਜਿਹੜੇ ਰੁੱਖ ਕੋਲ ਜਾਂਦੇ ਸਨ, ਜੇ ਉਹ ਪਾਣੀ ਲੈਣ ਗਏ ਤੇ ਪਾਣੀ ਵਿੱਚ ਪਾਣੀ ਦੇ ਜੀਵ ਸਨ, ਸਮੁੰਦਰ ਦੇ ਜੀਵ, ਉਹਨਾਂ ਦੇ ਵਿੱਚੋਂ ਵੀ ਉਹਦੇ ਦੀਦਾਰ ਦੀ ਲੋ ਦਿਸਣੀ ਸ਼ੁਰੂ ਹੋ ਗਈ, ਦ੍ਰਿਸ਼ਟੀ ਖੁੱਲ ਗਈ। ਹੁਣ ਉਹ ਦਰਸ਼ਨ ਅਨੇਕ ਨੇ, ਕਈ ਪ੍ਰਕਾਰ ਦੇ, ਪਰ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ, ਜਿਹੜਾ ਜਪਿਆ ਸੀ, ਉਹਨਾਂ ਇੱਕ ਨੂੰ ਜਪਿਆ ਸੀ। ਇਹ ਨਹੀਂ ਕਿ ਉਹ ਮੱਛੀਆਂ ਦਾ ਧਿਆਨ ਧਰਦੇ ਰਹੇ। ਲਿਖਿਆ ਬਾਣੀ ਦੇ ਵਿੱਚ
ਕਿ ਆਨਿਲ ਕੁੰਭ ਭਰਾਈ ਦੇ ਉਹ ਠਾਕੁਰ ਕੋ ਇਸ਼ਨਾਨ ਕਰੋ। ਠਾਕੁਰ ਨੂੰ ਇਸ਼ਨਾਨ ਕਰਾਉਂਦੇ ਸਨ ਲੋਕ ਮੰਦਰ ਵਿੱਚ ਪਾਣੀ ਲਿਜਾ। ਨਾਮਦੇਵ ਜੀ ਨੂੰ ਵੀ ਕਿਸੇ ਕਿਹਾ ਵੀ ਤੁਹਾਡੀ ਭਗਤੀ ਤੇ ਅਧੂਰੀ ਰਹਿ ਜਾਏ, ਤੁਸੀਂ ਭਗਤ ਤਾਂ ਹੋ ਪਰ ਪ੍ਰਵਾਨ ਨਹੀਂ ਹੋਵੋਗੇ, ਕਿਉਂਕਿ ਨਾ ਤੁਸੀਂ ਮੰਦਰ ਜਾਂਦੇ ਹੋ, ਨਾ ਤੁਸੀਂ ਪਾਣੀ ਲੈ ਕੇ ਜਾਂਦੇ ਹੋ, ਨਾ ਤੁਸੀਂ ਉਸ ਠਾਕੁਰ ਨੂੰ ਜਿਹੜੇ ਪੱਥਰ ਦੇ ਬਣੇ ਉਹਨੂੰ ਤੁਸੀਂ ਪਾਣੀ ਦਾ ਇਸ਼ਨਾਨ ਨਹੀਂ ਕਰਾਉਂਦੇ, ਤੁਸੀਂ ਅਧੂਰੇ ਰਹਿ ਜਾਣਾ। ਨਾਮਦੇਵ ਜੀ ਨੇ ਬਚਨ ਕਿਹਾ, ਕਹਿੰਦੇ ਮੈਂ ਗਿਆ ਸੀ ਪਾਣੀ ਲੈਣ ਵਾਸਤੇ ਠਾਕੁਰ ਵਾਸਤੇ, ਆਨੀਲੇ ਕੁੰਭ, ਮੈਂ ਘੜਾ ਵੀ ਖਰੀਦਿਆ ਸੀ ਕੁੰਭ ਦਾ ਉੱਥੇ ਘੜਾ, ਭਰਾਈ ਦੇ ਉਦਕ ਉਦਕ ਕਹਿੰਦੇ ਨੇ ਪਾਣੀ ਨੂੰ, ਪਾਣੀ ਭਰਨ ਵਾਸਤੇ ਮੈਂ ਗਿਆ। ਠਾਕੁਰ ਕੋ ਇਸ਼ਨਾਨ ਕਰੋ, ਕੇਸ ਪੱਤਰ ਦੇ ਠਾਕੁਰ ਨੂੰ ਇਸ਼ਨਾਨ ਕਰਾਵਾਂ ਜਿਹੜੀ ਮੂਰਤੀ ਲੋਕ ਕਰਾਉਂਦੇ, ਪਰ ਕਹਿੰਦੇ ਜਦੋਂ ਮੈਂ ਪਾਣੀ ਭਰਨ ਲੱਗਾ ਨਾ ਤੇ ਪਾਣੀ ਦੇ ਵਿੱਚ ਜਿਹੜੇ ਜੀਵ ਸਨ, ਮੱਛੀਆਂ ਸਨ, ਹੋਰ ਜੀਵ ਸਨ, ਉਹਨਾਂ ਦੇ ਵਿੱਚੋਂ ਮੈਨੂੰ ਨਿਰੰਕਾਰ ਦਾ ਜਲਵਾ ਦਿਸਿਆ, ਨੂਰ ਦਿਸਿਆ। ਜਦੋਂ ਮੈਂ ਉੱਧਰ ਝਾਤੀ ਪਾਈ ਤੇ ਮੈਨੂੰ ਉਸ ਪਰਮਾਤਮਾ ਨੇ ਬੋਲ ਕੇ ਕਿਹਾ, ਨਾਮਦੇਵ ਪਾਣੀ ਭਰ ਕੇ ਕਿੱਥੇ ਲੈ ਕੇ ਚੱਲਣਾ, ਮੈਂ ਤੇ ਖੁਦ ਇੱਥੇ ਜੀਵਾਂ ਦੇ ਰੂਪ ਵਿੱਚ ਇਸ ਪਾਣੀ ਵਿੱਚ ਇਸ਼ਨਾਨ ਕਰੀ ਜਾਂਦਾ। ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀਵ ਜਨਮ ਹੈ ਉੱਤੇ, ਇੰਨੇ ਜੀਵ 42 ਲੱਖ ਜੀਵ ਪਾਣੀ ਦੇ ਵਿੱਚ ਮੌਜੂਦ ਨੇ, ਉਹਨਾਂ ਦੇ ਵਿੱਚ ਪਰਮਾਤਮਾ ਹੈ। ਬੀਠਨ ਭੈਲਾ, ਭੈਲਾ ਦੇ ਅਰਥ ਤੇ ਸਮਾਇਆ ਹੋਇਆ ਉਹਨਾਂ ਦੇ ਵਿੱਚ, ਬੀਠਨ ਭੈਲਾ ਕਾਇ ਕਰੋ, ਹੁਣ ਮੈਂ ਕਿਵੇਂ ਕਰਾਂ, ਹੁਣ ਉਸ ਪੱਥਰ ਦੇ ਠਾਕੁਰ ਨੂੰ ਇਸ਼ਨਾਨ ਕਰਾਵਾਂ ਕਿ ਇਹ ਜਿਹੜਾ ਇਸ਼ਨਾਨ ਕਰ ਰਿਹਾ ਠਾਕੁਰ, ਇਹਨੂੰ ਇਹਦੀ ਸੇਵਾ ਕਰਾਂ, ਇਹਨੂੰ ਨਾਮ ਜਪਾਂ, ਇਸਦਾ ਇਹਨੂੰ ਯਾਦ ਕਰਾਂ। ਇਹ ਦਿਵ ਦ੍ਰਿਸ਼ਟੀ ਹੈ। ਤਾਂ ਇਹ ਦੋ ਰੂਪ ਨੇ ਪਰਮਾਤਮਾ ਦੇ। ਇਹਦਾ ਮਤਲਬ ਹੈ ਕਿ ਪਹਿਲਾਂ ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ ਉੱਥੇ ਇਹ ਪ੍ਰਚਲਿਤ ਰਿਹਾ ਹੈ ਅੱਜ ਤੱਕ ਕਿ ਉੱਥੇ 33 ਕਰੋੜ ਦੇਵਤਾ ਹੈ, ਤੁਸੀਂ ਸੁਣਿਆ ਹੋਵੇਗਾ 33 ਕਰੋੜ ਦੇਵਤਾ, ਥਾਂ ਥਾਂ ਤੇ ਮੰਦਰ ਹੈ, ਥਾਂ ਥਾਂ ਤੇ ਧਾਰਮਿਕ ਥਾਂ ਨੇ, ਤੇ ਹੁਣ ਤੇ ਪਰਮਾਰ ਵੀ ਪਈ ਹੈ, ਕੋਈ ਕਿਤੇ ਇੱਟਾਂ ਜੋੜਦਾ, ਕੋਈ ਕਿਤੇ ਜੋੜ ਦਿੰਦਾ ਹੈ। ਕਹਾਣੀ ਕੀ ਸੀ, 33 ਕਰੋੜ ਦੇਵਤਾ ਕਿਹੜਾ ਸੀ? 33 ਕਰੋੜ ਤੇ ਬਹੁਤ ਲੰਬੀ ਗਿਣਤੀ ਹੈ, ਇਹ ਕਿੱਥੋਂ ਆ ਗਿਆ 33 ਕਰੋੜ ਦੇਵਤਾ? ਇੰਨੇ ਦੇਵਤੇ, ਜੇ ਹੁਣ 33 ਕਰੋੜ ਦੇਵਤਾ ਹੈ ਤੇ 33 ਕਰੋੜ ਦੇਵਤੇ ਦਾ ਪੁਜਾਰੀ ਵੀ ਤੇ ਘੱਟੋ ਘੱਟ ਤਾਂ 33 ਕਰੋੜ ਚਾਹੀਦਾ ਨਾ। ਦੇਵਤਾ ਇੱਕ ਤਾਂ ਉਹਨੂੰ ਅੱਗੋਂ ਪੂਜਾ ਕਰਨ ਵਾਲਾ, ਉਸ ਥਾਂ ਦਾ ਪ੍ਰਬੰਧ ਕਰਨ ਵਾਲਾ, ਉਹਨੂੰ ਜਿੱਥੇ ਉਹਨੂੰ ਰੱਖਣਾ ਉਹਦੇ ਮਕਾਨ ਨੂੰ, ਕਿੰਨੇ ਲੋਕ ਚਾਹੀਦੇ ਨੇ। ਪਰ ਸੱਚ ਕੀ ਸੀ, 33 ਕਰੋੜ ਦੇਵਤਾ ਕਿਉਂ ਕਿਹਾ? ਜੇ ਤੇ ਖੰਡਨ ਕਰਨ ਦੀ ਦ੍ਰਿਸ਼ਟੀ ਵੱਲ ਜਾਈਏ ਤੇ ਸਹਿਜ ਹੀ ਖੰਡਨ ਕੀਤਾ ਜਾ ਸਕਦਾ ਵੀ ਕੋਈ 33 ਕਰੋੜ ਦੇਵਤਾ ਨਹੀਂ ਹੈ। ਤੇ ਜੇ ਅੰਧ ਵਿਸ਼ਵਾਸ ਵਿੱਚ ਮੰਨਣ ਜਾਈਏ ਤੇ ਫਿਰ ਪੂਜਾ ਕਰਨ ਵਾਲੇ ਤੇ ਇੰਨੇ ਹੈ ਨੇ ਜਿੰਨੇ ਦੇਵਤੇ ਹੋ ਗਏ। ਦੋਵਾਂ ਵਿੱਚੋਂ ਸੱਚ ਕੀ ਸੀ? ਜਦੋਂ ਵੀ ਕੋਈ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮਨੁੱਖ ਸੰਸਾਰ ਵਿੱਚ ਕੁਝ ਵੀ ਬੋਲਦਾ ਹੈ, ਕੁਝ ਵੀ ਦੱਸਦਾ ਹੈ ਤੇ ਉਹਦੇ ਸ਼ਬਦ ਇੰਨੇ ਉੱਚੇ ਹੁੰਦੇ ਨੇ ਕਿ ਆਮ ਬੰਦੇ ਦੇ ਸਿਰ ਦੇ ਉੱਤੋਂ ਨਿਕਲ ਜਾਂਦੇ ਨੇ। ਉਹਦੀ ਆਪਣੀ ਮਜਬੂਰੀ ਹੈ ਕਿ ਉਹ ਸੰਸਾਰੀਆਂ ਦੀ ਭਾਸ਼ਾ ਕਿੰਨੀ ਕੁ ਬੋਲੇ, ਉਹਨੇ ਉਹ ਕਹਿਣਾ ਜੋ ਉਹਨੂੰ ਦਿਸਦਾ, ਸੰਸਾਰੀਆਂ ਨੂੰ ਦਿਸਦਾ। ਇਹ ਕਿਸ ਸੰਬੰਧ ਵਿੱਚ ਕਿਹਾ ਗਿਆ ਸੀ ਕਿ 33 ਕਰੋੜ ਦੇਵਤਾ ਹੈ? ਅਸਲ ਵਿੱਚ ਅੰਦਰ ਜੁੜ ਕੇ ਨਾਮ ਦੁਆਰਾ ਜਿਨ੍ਹਾਂ ਦੀ ਦ੍ਰਿਸ਼ਟੀ ਖੁੱਲ ਗਈ, ਉਹਨਾਂ ਨੇ ਜਿਹੜੇ ਜੀਵ ਵੱਲ ਵੇਖਿਆ, ਜਿਹੜੇ ਰੁੱਖ ਵੱਲ ਵੇਖਿਆ, ਜਿਹੜੇ ਸਮੁੰਦਰ ਵੱਲ ਵੇਖਿਆ, ਚੰਦਰਮਾ ਵੱਲ ਵੇਖਿਆ, ਸੂਰਜ ਵੱਲ ਵੇਖਿਆ, ਸਾਰਿਆਂ ਵੱਲ ਵੇਖਿਆ, ਜਿੰਨੇ ਮਨੁੱਖਾਂ ਵੱਲ ਵੇਖਿਆ, ਤੇ ਵੇਖ ਕੇ ਉਹਨਾਂ ਨੂੰ ਸਾਰਿਆਂ ਵਿੱਚੋਂ ਜਦੋਂ ਪਰਮਾਤਮਾ ਦੇ ਦੀਦਾਰ ਹੋਏ ਨਾ, ਤੇ ਉਹਨਾਂ ਨੇ ਕਿਹਾ ਜਿੰਨੇ ਜੀਵ ਨੇ ਸਾਰੇ ਦੇਵਤੇ, ਜਿੰਨੇ ਜੀਵ ਨੇ ਜਿਨ੍ਹਾਂ ਦੇ ਵਿੱਚ ਜਿੰਦ ਹੈ, ਇਹ ਤੇ ਸਾਰੇ ਦੇਵਤੇ ਨੇ, ਤੇ ਦੇਵਤਿਆਂ ਦੀ ਸੇਵਾ ਕਰ, ਇਹਨਾਂ ਦੀ ਸੇਵਾ ਕਰ। ਹੁਣ ਜਿਉਂਦੇ ਦੇਵਤੇ ਦੀ ਸੇਵਾ ਕਰ, ਮ੍ਰਿਤਕ ਦੇਵਤੇ ਦੀ ਸੇਵਾ ਨਾ ਕਰ। ਜਿਹੜਾ ਜਿਉਂਦਾ ਦੇਵਤਾ ਹੈ ਉਹਨੂੰ ਤੇ ਤੂੰ ਭੁੱਲ ਰਿਹਾ ਹੈ, ਜਿਹੜਾ ਮਨੁੱਖ ਹੈ ਜਿਹਦੇ ਵਿੱਚ ਸਵਾਸ ਚੱਲ ਰਹੇ ਨੇ,
ਉਹਨੂੰ ਤੇ ਤੂੰ ਨਫ਼ਰਤ ਕਰਨਾ ਹੈ, ਉਹਦੇ ਵਾਸਤੇ ਤੇ ਤੂੰ ਸ਼ਰ੍ਹਾਂ ਦੇ ਹੁਕਮ ਜਾਰੀ ਕਰ ਦੇਣਾ ਵੀ ਜਿੰਨੇ ਕਾਫਰਾਂ ਨੂੰ ਤੁਸੀਂ ਕਤਲ ਕਰੋਗੇ ਉਹਨੇ ਤੁਹਾਨੂੰ ਜੰਨਤ ਵਿੱਚ ਥਾਂ ਮਿਲਣੀ। ਉਹਨਾਂ ਨੂੰ ਤੇ ਤੂੰ ਮਾਰਨ ਦੀ ਗੱਲ ਕਰ ਰਿਹਾ ਜਿਹੜੇ ਜਿਉਂਦੇ ਦੇਵਤੇ ਨੇ ਜਿਨ੍ਹਾਂ ਵਿੱਚ ਜਿੰਦ ਹੈ ਜੋਤ ਹੈ, ਉਹਨਾਂ ਦਾ ਤੇ ਤੂੰ ਗਲਾ ਘੁੱਟੀ ਜਾ ਰਿਹਾ, ਉਹਨਾਂ ਨੂੰ ਤੇ ਧੋਖਾ ਦੇ ਰਿਹਾ, ਉਹਨਾਂ ਨਾਲ ਤੇ ਤੂੰ ਪ੍ਰੇਮ ਕਰ ਰਿਹਾ। ਜੇ ਕੋਈ ਉਹਨਾਂ ਵਿੱਚੋਂ ਇੱਕ ਦੇਵਤਾ ਤੇਰੀ ਦੁਕਾਨ ਤੇ ਹੁੰਦਾ ਹੈ ਤੇ ਤੂੰ ਉਸ ਦੇਵਤੇ ਦੀ ਜੇਬ ਕੱਟ ਲੈਂਦਾ ਹੈ, ਝੂਠ ਬੋਲ ਕੇ ਘੱਟ ਤੋਲ ਕੇ ਦਿੰਦਾ ਹੈ, ਤੇ ਦੇਵਤੇ ਦਾ ਤਿਰਸਕਾਰ ਕਰ ਦਿੱਤਾ, ਤੂੰ ਪੂਜਾ ਨਹੀਂ ਕੀਤੀ, ਤੇ ਉਸ ਜਿਉਂਦੇ ਦੇਵਤੇ ਦੀ ਜੇਬ ਕੱਟ ਕੇ ਤੂੰ ਇੱਕ ਪੱਥਰ ਦੇ ਦੇਵਤੇ ਦੇ ਅੱਗੇ ਪੈਸੇ ਚੜਾ ਦਿੰਦਾ ਹੈ। ਇਹ ਗਲਤ ਕਿਰਿਆ ਚੱਲ ਗਈ ਜੀਵਨ, ਜਿਉਂਦੇ ਦੇਵਤੇ ਦਾ ਗਲਾ ਕੱਟਿਆ ਤੇ ਜਿਹੜਾ ਜਿਉਂਦਾ ਨਹੀਂ ਪੱਥਰ ਦਾ ਦੇਵਤਾ ਉਹਦੇ ਅੱਗੇ ਭੇਟ ਚੜਾ ਦਿੱਤੀ। ਕਬੀਰ ਜੀ ਕਹਿੰਦੇ ਨੇ ਕਿ ਸਰਜੀਓ ਘੱਟ ਹੈ ਨਿਰਜੀਓ ਪੁੱਜ ਹੈ, ਜਿਨ੍ਹਾਂ ਦੇ ਵਿੱਚ ਜਿੰਦ ਹੈ ਤੂੰ ਉਹਨਾਂ ਦਾ ਖੂਨ ਪੀ ਰਿਹਾ ਹੈ, ਜਿਨ੍ਹਾਂ ਦੇ ਵਿੱਚ ਜਾਨ ਹੈ ਉਹਨਾਂ ਦੇ ਗਲੇ ਕੱਟ ਰਿਹਾ। ਭਾਵੇਂ ਕਿ ਇਹ ਬਲੀ ਦੇਣ ਵਾਲਿਆਂ ਨੂੰ ਕਿਹਾ ਗਿਆ, ਜਿਹੜੇ ਬਲੀ ਦੇ, ਹਿੰਦੁਸਤਾਨ ਵਿੱਚ ਬੜੀ ਬਲੀ ਦੀ ਬੜੀ ਪ੍ਰਥਾ ਰਹੀ ਬਲੀ ਦੇਣੀ, ਕਿ ਪਸ਼ੂ ਕੱਟਦੇ ਨੇ, ਕਿ ਬੱਕਰੇ ਕੱਟਣੇ, ਕਿ ਹੋਰ ਕਈ ਪਸ਼ੂ ਕੱਟ ਕੇ ਬਲੀ ਦੇਣੀ ਦੇਵਤਿਆਂ ਦੇ ਅੱਗੇ। ਕਬੀਰ ਜੀ ਕਹਿੰਦੇ ਜਿਉਂਦੇ ਜੀਵ ਨੂੰ ਤੂੰ ਕੱਟ ਰਿਹਾ ਹੈ ਤੇ ਉਹਦੇ ਵਾਸਤੇ ਕੱਟ ਰਿਹਾ ਜਿਹਦੇ ਵਿੱਚ ਜਿੰਦ ਨਹੀਂ ਹੈ, ਇਹ ਕਿਵੇਂ ਦੀ ਪੂਜਾ ਹੈ, ਇਹ ਕਿਵੇਂ ਦਾ ਤੇਰਾ ਸੰਵਿਧਾਨ ਹੈ। ਇਸੇ ਪੱਖ ਵਿੱਚ ਹੀ ਕਹਿ ਸਕਦੇ ਹਾਂ ਕਿ ਇੱਕ ਬੰਦਾ ਜਿਉਂਦੇ ਜੀਵ ਨਾਲ ਤੇ ਨਫ਼ਰਤ ਕਰ ਰਿਹਾ ਹੈ। ਇਸ ਲਈ ਇੱਕ ਬੜੀ ਪੁਰਾਣੀ ਰਵਾਇਤ ਸੀ, ਤੁਸੀਂ ਅਜੇ ਵੀ ਵੇਖਿਆ ਹੋਵੇਗਾ, ਇੱਥੇ ਤਾਂ ਨਹੀਂ, ਇਹ ਤਾਂ ਮਸ਼ੀਨੀ ਯੁੱਗ ਹੈ, ਮਸ਼ੀਨੀ ਜ਼ਿੰਦਗੀ ਹੈ, ਤਾਂ ਤੁਸੀਂ ਉੱਧਰ ਵੇਖੋਗੇ ਭਾਰਤ ਵਿੱਚ ਅਜੇ ਵੀ ਕਿ ਦੁਕਾਨ ਤੇ ਜਿਹੜਾ ਪਹਿਲਾ ਗ੍ਰਾਹਕ ਆਉਂਦਾ ਹੈ ਉਹਨੂੰ ਦੁਕਾਨਦਾਰ ਵਾਪਸ ਨਹੀਂ ਜਾਣ ਦਿੰਦਾ। ਦੁਕਾਨ ਤੇ ਜਿਹੜਾ ਪਹਿਲਾ ਗ੍ਰਾਹਕ ਆਉਂਦਾ ਉਹਨੂੰ ਵਾਪਸ ਨਹੀਂ ਜਾਣ ਦਿੰਦਾ, ਉਹ ਜਿੰਨੇ ਪੈਸੇ ਦੇ ਉਹਨੇ ਲੈ ਲੈਂਦਾ, ਉਹਦੇ ਤੋਂ ਮੁਨਾਫਾ ਨਹੀਂ ਲੈਂਦਾ। ਕਹਿੰਦੇ ਜੀ ਤੁਸੀਂ ਪਹਿਲੇ ਆਏ ਹੋ, ਬਸ ਤੁਸੀਂ ਵਾਪਸ ਨਹੀਂ ਜਾਣਾ, ਭਾਵੇਂ ਇੱਕ ਪੈਸੇ ਦੀ ਚੀਜ਼ ਖਰੀਦੋ। ਇਹ ਰਵਾਇਤ ਕਿੱਥੋਂ ਚੱਲੀ ਸੀ? ਇਹ ਰਵਾਇਤ ਚੱਲੀ ਸੀ ਕਿ ਜੋ ਗ੍ਰਾਹਕ ਆਇਆ ਦੁਕਾਨ ਤੇ ਉਹ ਪਰਮਾਤਮਾ ਹੈ, ਉਹ ਦੇਵਤਾ ਹੈ, ਉਹਦਾ ਨਿਰਾਦਰ ਨਹੀਂ ਕਰਨਾ, ਉਹਨੂੰ ਖਾਲੀ ਨਹੀਂ ਭੇਜਣਾ, ਭਾਵੇਂ ਕੋਲੋਂ ਵੀ ਕੁਝ ਲਾਉਣਾ ਪਏ। ਕਿਹਾ ਤੇ ਇਹ ਕਿਹਾ ਸੀ ਕਿ ਤੇਰੀ ਦੁਕਾਨ ਤੇ ਸਾਰਾ ਦਿਨ ਜਿੰਨੇ ਲੋਕ ਆਉਣਗੇ ਉਹ ਸਾਰੇ ਪਰਮਾਤਮਾ ਨੇ, ਸਾਰੇ ਦੇਵਤੇ ਨੇ। ਪਰ ਬੰਦੇ ਨੇ ਸੋਚਿਆ ਕਿ ਆਦਮੀ ਚਲਾਕ ਬੜਾ ਹੈ, ਇਹ ਬੜਾ ਚਲਾਕ ਹੈ, ਅਸੀਂ ਕਹਿੰਦੇ ਹਾਂ ਸਾਨੂੰ ਪਰਮਾਤਮਾ ਮਿਲਦਾ ਨਹੀਂ, ਪਰਮਾਤਮਾ ਬਹੁਤ ਸਿਆਣਾ ਹੈ, ਉਹਨੇ ਆਦਮੀ ਨੂੰ ਮਨੁੱਖ ਨੂੰ ਆਪਣੇ ਤੋਂ ਇੰਨਾ ਦੂਰ ਕੀਤਾ ਹੋਇਆ ਵੀ ਇੰਨੀ ਜਲਦੀ ਨਾ ਮਿਲੇ, ਕਿਉਂਕਿ ਉਹਨੂੰ ਪਤਾ ਵੀ ਇਹਨਾਂ ਇਹ ਚਲਾਕ ਹੈ ਕਿ ਇਹਦੇ ਸਰੀਰ ਦੀ ਸ਼ਕਤੀ ਬਿਲਕੁਲ ਘੱਟ ਹੈ, ਪਰ ਇਹਨੇ ਦੂਸਰੀਆਂ ਹਜ਼ਾਰਾਂ ਹੀ ਜੂਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਕਾਬੂ ਕਰ ਲਿਆ। ਤੁਸੀਂ ਵੇਖੋ ਸ਼ੇਰ ਵਿੱਚ ਕਿੰਨੀ ਸ਼ਕਤੀ, ਸ਼ੇਰ ਬੰਦੇ ਦਾ ਗੁਲਾਮ ਹੈ, ਹਾਥੀ ਵਿੱਚ ਕਿੰਨੀ ਸ਼ਕਤੀ ਹੈ, ਚੰਦਰਮਾ ਤੱਕ ਇਹਨੇ ਹੱਥ ਪਾ ਲਿਆ, ਤਾਰੇ ਸਿਆਰੇ ਬ੍ਰਹਿਮੰਡ ਇਹ ਜਾ ਪਹੁੰਚਿਆ, ਇੰਨੀਆਂ ਇੰਨੀਆਂ ਤਕਨੀਕਾਂ ਇਹਨੇ ਕੱਢ ਦਿੱਤੀਆਂ ਨੇ। ਤਾਂ ਇਹ ਕੋਈ ਦੋ ਰਾਏ ਨਹੀਂ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਬੰਦੇ ਦੇ ਮਨ ਤੇ ਭਰਮ ਪਾ ਦਿੱਤਾ ਕਿ ਉਹਦੇ ਤੱਕ ਆਏ ਨਾ, ਕਿਉਂਕਿ ਉਹਨੂੰ ਖਤਰਾ ਹੈ ਇਹ ਦੂਜਿਆਂ ਨੂੰ ਗੁਲਾਮ ਬਣਾ ਚੁੱਕਾ ਵੀ ਤੇ ਮੈਨੂੰ ਵੀ ਬਣਾ ਲਿਆ, ਇਹ ਬੜਾ ਚਲਾਕ ਹੈ। ਇੰਨੀ ਚਲਾਕ ਜੋਨ ਧਰਤੀ ਤੇ ਨਹੀਂ ਹੈ ਜਿੰਨਾ ਮਨੁੱਖ ਹੈ। ਵੇਖੋ ਇਹਨੂੰ ਪਤਾ ਲੱਗ ਗਿਆ ਕਿ ਜਿੰਨੇ ਦੁਕਾਨ ਤੇ ਗ੍ਰਾਹਕ ਆਉਣਗੇ ਇਹ ਸਾਰੇ ਪਰਮਾਤਮਾ ਨੇ। ਇਹਨੇ ਕਿਹਾ ਵੀ ਇਹਨਾਂ ਤੇ ਜੇਬ ਸਾਰਾ ਦਿਨ ਤੇ ਜੇਬ ਨਹੀਂ ਕੱਟੀ ਦੇਣੀ ਇਹਨਾਂ ਦੀ, ਕੀ ਕਰੀਏ? ਫਿਰ ਤਰੀਕਾ ਲੱਭਿਆ ਗਿਆ ਵੀ ਪਹਿਲਾ ਗ੍ਰਾਹਕ ਪਰਮਾਤਮਾ, ਬਾਕੀ ਦੇ ਗ੍ਰਾਹਕ ਪਰਮਾਤਮਾ ਦੀ, ਤਰੀਕਾ ਲੱਭ ਲਿਆ ਜੇਬ ਕੱਟਣ ਦਾ। ਪਹਿਲਾ ਗ੍ਰਾਹਕ ਉਹ ਪਰਮਾਤਮਾ ਮੰਨਿਆ ਉਹਨਾਂ, ਤਾਂ ਇੱਕ ਨੂੰ ਛੱਡ ਦਿਓ ਬਾਕੀਆਂ ਦੇ ਗਲੇ ਕੱਟ ਦਿਓ ਸਾਰਾ ਦਿਨ, ਇੱਕ ਪਰਮਾਤਮਾ ਨੂੰ, ਇੱਕ ਦੇਵਤੇ ਨੂੰ ਛੱਡ ਦਿਓ ਸਵੇਰੇ ਸਵੇਰੇ,
ਤਾਂ ਗ੍ਰਾਹਕ ਵੀ ਬੜੇ ਸਿਆਣੇ ਨੇ, ਉਹ ਵੀ ਸਵੇਰੇ ਸਵੇਰੇ ਦੇਵਤੇ ਬਣ ਕੇ ਪਹੁੰਚ ਜਾਂਦੇ ਨੇ ਵੀ ਸਵੇਰੇ ਤਾਂ ਸਸਤਾ ਮਿਲ ਜਾਏ, ਉਹਨਾਂ ਨੂੰ ਵੀ ਪਤਾ ਲੱਗ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਲ ਹੀ ਚੱਲ ਪੈਂਦੀਆਂ ਸਹਿਜੇ। ਸ਼ੁਰੂਆਤ ਕਿਸੇ ਕਰਮ ਦੀ ਗਲਤ ਨਹੀਂ ਹੁੰਦੀ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਕ ਐਸੇ ਸ਼ਖਸ ਦੇ ਕੋਲ ਗਏ ਸੀ ਜਿਹੜਾ ਬਹੁਤ ਅਮੀਰ ਆਦਮੀ ਸੀ, ਜਿਹਨੇ ਬਹੁਤ ਵੱਡਾ ਭੰਡਾਰਾ ਕੀਤਾ, ਬੜਾ ਹੀ ਅਮੀਰ, 36 ਪ੍ਰਕਾਰ ਦੇ ਪਦਾਰਥ ਉਸਨੇ ਬਣਾਏ। ਸਤਿਗੁਰੂ ਪਹਿਲਾਂ ਤਾਂ ਗਏ ਨਹੀਂ, ਉਹਨੇ ਸਾਰੇ ਸ਼ਹਿਰ ਵਿੱਚ ਆਪਣੇ ਆਦਮੀ ਭੇਜੇ, ਜਿਹਨੇ ਸਾਧੂ ਸੰਤ ਨੇ ਸਾਰੇ ਸਤੋ, ਕਿਉਂਕਿ ਸੰਸਾਰੀਆਂ ਦੀ ਇੱਕ ਬਿਰਤੀ ਰਹਿੰਦੀ ਹੈ ਕਿ ਪਾਪ ਨੂੰ ਕਿਹਦੇ ਉੱਤੇ ਝਾੜਨਾ ਹੈ, ਜੋ ਪਾਪ ਕੀਤੇ ਨੇ ਕਿੱਥੇ ਝਾੜ ਕੇ ਆਈਏ, ਕਿੱਥੇ ਲਾਈਏ, ਤਾਂ ਉਹ ਲੱਭਦੇ ਰਹਿੰਦੇ ਨੇ ਇਸ ਤਰ੍ਹਾਂ ਦੇ। ਤਾਂ ਉਹਨੂੰ ਵੀ ਇਹ ਤਰੀਕਾ ਸੀ, ਉਹਨੇ ਕਿਹਾ ਵੀ ਸਾਧੂ ਸੰਤ ਇਕੱਠੇ ਕਰੋ, ਜਿਹੜੇ ਅਸੀਂ ਪਾਪ ਕੀਤੇ ਨੂੰ ਸਾਰੇ ਉਹਨਾਂ 'ਤੇ ਉਹਨਾਂ ਨੂੰ ਖਵਾਓ, ਝਾੜ ਦੇਣਗੇ। ਇਸ ਵਾਸਤੇ ਉਹਨੇ ਇੱਕ ਬੜਾ ਵੱਡਾ ਭੰਡਾਰਾ ਕੀਤਾ ਤੇ ਸਾਰੇ ਸਾਧੂਆਂ ਨੂੰ ਸੱਦਾ ਦਿੱਤਾ ਗਿਆ, ਸਾਰੇ ਪੁਰੋਹਿਤ ਪੰਡਿਤ ਸਭ ਇਕੱਠੇ ਹੋ ਗਏ। ਜਦੋਂ ਬੁਲਾਇਆ ਗਿਆ ਤੇ ਸਾਰੇ ਲੋਕ ਇਕੱਠੇ ਹੋ ਗਏ। ਜਦੋਂ ਚੱਲ ਰਿਹਾ ਸੀ ਇਹ ਸਾਰਾ ਭੰਡਾਰਾ, ਪੰਡਿਤ ਛੱਕ ਰਹੇ ਸਨ, ਤਾਂ ਉਹਨੂੰ ਖਬਰ ਮਿਲੀ ਕਿ ਇੱਕ ਸਾਧੂ ਹੈ ਜੋ ਨਹੀਂ ਆਇਆ, ਤਪਾ ਉਸਨੂੰ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਤਪਾ ਕਹਿੰਦੇ ਸਨ। ਸਾਰਾ ਇਤਿਹਾਸ ਇਸ ਨਾਲ ਭਰਿਆ, ਨਾਨਕ ਤਪਾ ਮਸ਼ਹੂਰ ਸੀ। ਤਾਂ ਉਸਨੇ ਆਪਣੇ ਆਦਮੀ ਭੇਜੇ ਤੇ ਗੁਰੂ ਨਾਨਕ ਦੇਵ ਜੀ ਇੱਕ ਐਸੇ ਮਨੁੱਖ ਦੇ ਘਰ ਵਿੱਚ ਸਨ ਜੋ ਕਿਰਤ ਕਰਦਾ ਸੀ, ਲੱਕੜ ਦਾ ਕੰਮ ਕਰਦਾ ਸੀ, ਲੱਕੜ ਦਾ ਮਿਸਤਰੀ ਸੀ, ਭਾਈ ਲਾਲੋ ਜਿਸਨੂੰ ਕਹਿੰਦੇ, ਲਾਲੋ ਦੇ ਘਰ ਵਿੱਚ ਬੈਠੇ ਸਨ, ਉੱਥੇ ਪ੍ਰਸ਼ਾਦਾ ਛੱਕ ਰਹੇ ਸਨ। ਇਹ ਜਿਹੜਾ ਸੱਜਣ ਭੰਡਾਰੇ ਵਾਲਾ ਸੀ ਇਹਦਾ ਨਾਂ ਸੀ ਮਲਕ ਭਾਗੋ। ਇਹਨੇ ਆਪਣੇ ਸਿਪਾਹੀ ਭੇਜੇ ਕਿ ਤੁਸੀਂ ਬੁਲਾ ਕੇ ਲਿਆਓ। ਸਤਿਗੁਰਾਂ ਨੇ ਇਨਕਾਰ ਕੀਤਾ, ਉਹਨੇ ਕਿਹਾ ਧੱਕੇ ਨਾਲ ਲੈ ਕੇ ਹਜ਼ੂਰ ਉੱਥੇ ਚਲੇ ਗਏ ਤੇ ਨਾਲ ਲਾਲੋ ਵੀ ਗਏ। ਮਲਕ ਭਾਗੋ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਕਿ ਤੁਸੀਂ ਇੰਨੇ ਵੱਡੇ ਭੰਡਾਰੇ ਵਿੱਚ ਪਹੁੰਚੇ ਕਿਉਂ ਨਹੀਂ, ਤੁਹਾਨੂੰ ਸੱਦਾ ਦਿੱਤਾ ਗਿਆ। ਸ਼ਹਿਰ ਦੇ ਦੂਰ ਦੂਰ ਦੇ ਇਲਾਕਿਆਂ ਦੇ ਇੰਨੇ ਸੰਨਿਆਸੀ, ਇੰਨੇ ਪੁਰੋਹਿਤ ਪੰਡਿਤ, ਇੰਨੇ ਲੋਕ ਸਾਰੇ ਆਏ, ਤੁਸੀਂ ਕਿਉਂ ਨਹੀਂ ਆਏ। ਹਜ਼ੂਰ ਨੇ ਪਹਿਲੀ ਤੇ ਗੱਲ ਕਹੀ ਸੀ, ਕਹਿਣ ਲੱਗੇ ਮਲਕ ਇਹ ਸੰਨਿਆਸੀ, ਇਹ ਸਾਧੂ, ਇਹ ਪੰਡਿਤ, ਇਹ ਵਿਦਵਾਨ ਪਰਮਾਤਮਾ ਦੇ ਪੰਡਿਤ ਨਹੀਂ ਹਨ, ਇਹ ਤੇਰੇ ਪੰਡਿਤ ਹਨ। ਇਹ ਵਿਦਵਾਨ ਪਰਮਾਤਮਾ ਦੇ ਵਿਦਵਾਨ ਨਹੀਂ ਹਨ, ਇਹ ਤੇਰੇ ਵਿਦਵਾਨ ਹਨ। ਕਿਉਂ? ਕਹਿੰਦੇ ਇਹਨਾਂ ਨੇ ਤੇਰੇ ਤੋਂ ਖਾਣਾ ਹੀ ਸਿੱਖਿਆ ਹੈ, ਇਹਨਾਂ ਤੈਨੂੰ ਵਾਪਸੀ ਕਦੀ ਕੁਝ ਕਿਹਾ ਤੇ ਹੈ ਹੀ ਨਹੀਂ, ਇਹ ਤੇ ਤੇਰੇ ਯਸ ਮੈਨ ਨੇ, ਇਹ ਤੇ ਤੇਰੇ ਪੈਸ਼ਕਾਰੇ ਹਨ। ਪੈਸ਼ਕਾਰੇ ਤੁਸੀਂ ਪੜ੍ਹਿਆ ਹੋਵੇਗਾ ਨਾ, ਗੁਰੂ ਰਾਮਦਾਸ ਜੀ ਨੂੰ ਕਹਿੰਦੇ ਸੱਚ ਤੇਰਾ ਪੈਸ਼ਕਾਰਿਆ। ਪੈਸ਼ਕਾਰਾ ਹੁੰਦਾ ਹੈ ਜਦੋਂ ਕੋਈ ਰਾਜਾ ਬਾਹਰ ਨਿਕਲਦਾ ਨਾ, ਉਹਦੇ ਅੱਗੇ ਸਵਾਗਤ ਕਰਨ ਵਾਲੇ ਕਹਿੰਦੇ ਜੀ ਆ ਰਹੇ ਨੇ ਬਾਦਸ਼ਾਹ ਸਲਾਮਤ, ਉਹਦਾ ਪ੍ਰਚਾਰ ਕਰਦੇ ਨੇ, ਉਹਦੀ ਵਡਿਆਈ ਕਰਦੇ ਨੇ ਵੀ ਇਹ ਖਾਨਦਾਨ ਬਹੁਤ ਉੱਚਾ ਹੈ, ਇਹ ਖਾਨਦਾਨ ਤੇ ਜਮਾਂਦਰੂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ। ਅੱਜ ਭਾਵੇਂ ਰਿਸ਼ਵਤ ਖੋਰ ਕੀ ਫਰਕ ਪੈ ਗਿਆ, ਸ਼ੁਰੂ ਤੋਂ ਤਾਂ ਹੈ ਹੀ ਉਹ ਪੈਸ਼ਕਾਰੇ ਨੇ, ਉਹ ਪਰਮਾਤਮਾ ਦੇ ਪੰਡਿਤ ਨਹੀਂ ਹਨ, ਉਹ ਸੰਸਾਰੀਆਂ ਦੇ ਪੰਡਿਤ ਨੇ। ਉਹਨਾਂ ਬਾਰੇ ਕਹਿੰਦੇ ਨੇ ਇਹ ਖਾਨਦਾਨੀ ਸਿੱਖ ਨੇ, ਇਹਨਾਂ ਦੇ ਵੱਡਿਆਂ ਨੇ ਬੜੀ ਸਿੱਖੀ ਕਮਾਈ ਹੈ, ਕੀ ਹੋ ਗਿਆ ਜੇ ਅੱਜ ਇਹਨਾਂ ਨੇ ਕੌਮ ਦਾ ਗਲਾ ਘੁੱਟ ਦਿੱਤਾ, ਜੇ ਅੱਜ ਇਹ ਰਿਸ਼ਵਤਖੋਰ ਹੋ ਗਏ ਨੇ ਤਾਂ ਕੀ ਫਰਕ ਪੈਂਦਾ ਹੈ, ਇਹਨਾਂ ਦੇ ਵੱਡੇ ਤੇ ਸਿੱਖ ਹੈ ਸਨ। ਜਦਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਓਟ ਵਿੱਚ ਅਸੀਂ ਬੋਲ ਰਹੇ ਹਾਂ ਉਹ ਇਹਦੀ ਇਜਾਜ਼ਤ ਨਹੀਂ ਦਿੰਦੇ। ਉਹ ਕਹਿੰਦੇ ਨੇ ਜੇ ਪਿਤਾ ਸਿੱਖ ਹੈ ਪੁੱਤਰ ਨੂੰ ਸਿੱਖੀ ਨਹੀਂ ਮਿਲੇਗੀ, ਸਿੱਖੀ ਉਹਨੂੰ ਤਾਂ ਮਿਲੇਗੀ ਜੇ ਉਹ ਸਿੱਖ ਹੋਵੇਗਾ। ਪਿਤਾ ਦੀ ਕਮਾਈ ਸਿੱਖੀ ਪੁੱਤਰ ਨੂੰ ਨਹੀਂ ਮਿਲੇਗੀ, ਪੁੱਤਰ ਨੂੰ ਕਮਾਉਣੀ ਪਏਗੀ। ਹਾਂ, ਪਿਤਾ ਸਹਿਯੋਗ ਕਰ ਸਕਦਾ ਹੈ, ਸਹਾਰਾ ਬਣ ਸਕਦਾ, ਉਹਦੇ ਵਾਸਤੇ ਅਰਦਾਸ ਕਰ ਸਕਦਾ ਗੁਰੂ ਚਰਨਾਂ ਵਿੱਚ, ਇਹ ਜ਼ਰੂਰ ਹੈ।
ਪਰ ਇਸ ਤਰ੍ਹਾਂ ਦੇ ਪੁਰੋਹਿਤ, ਇਸ ਤਰ੍ਹਾਂ ਦੇ ਪੰਡਿਤ, ਇਸ ਤਰ੍ਹਾਂ ਦੇ ਲੋਕ ਸ਼ੁਰੂ ਤੋਂ ਰਹੇ ਨੇ, ਅੱਜ ਵੀ ਹਨ, ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ, ਜਿਹੜੇ ਹੁੰਦੇ ਧਾਰਮਿਕ ਨੇ, ਸੋਹਲੇ ਸੰਸਾਰੀਆਂ ਦੇ ਗਾਉਂਦੇ। ਸਤਿਗੁਰਾਂ ਨੇ ਕਿਹਾ, ਬਲਕ ਭਾਗੋ, ਇਹ ਸਾਰੇ ਪੰਡਿਤ ਇਹ ਤੇਰੇ ਪੰਡਿਤ ਨੇ, ਇਹ ਪਰਮਾਤਮਾ ਦੇ ਪੰਡਿਤ ਨਹੀਂ। ਜੇ ਪਰਮਾਤਮਾ ਦੇ ਪੰਡਿਤ ਹੁੰਦੇ, ਕੋਈ ਮਾੜੀ ਨਹੀਂ ਸੀ, ਤੇਰਾ ਭੰਡਾਰਾ ਛਕ ਲੈਂਦੇ। ਪਰ ਤੈਨੂੰ ਇੱਕ ਗੱਲ ਜ਼ਰੂਰ ਕਹਿੰਦੇ, ਮਲਕ ਭਾਗੋ, ਤੂੰ ਗਰੀਬ ਲੋਕਾਂ ਦੀ ਰੱਤ ਪੀਣਾ ਨੂੰ ਬੰਦ ਕਰ ਦੇ, ਤੂੰ ਗਲਤ ਜਾ ਰਿਹਾ। ਤੈਨੂੰ ਤੇ ਪਰਤ ਕੇ ਇਹਨਾਂ ਕਿਹਾ ਹੀ ਕਦੀ ਕੁਝ ਨਹੀਂ, ਸੁਧਾਰ ਦੀ ਤਾਂ ਇਹਨਾਂ ਗੱਲ ਹੀ ਨਹੀਂ ਕੀਤੀ ਕਦੀ, ਤੇ ਕਿਵੇਂ ਤੇਰੇ ਇਹ ਤੇਰਾ ਪਾਰ ਉਤਾਰਾ ਕਰਨਗੇ। ਹਜ਼ੂਰ ਨੇ ਕਿਹਾ, ਲਿਆ ਤੇਰਾ ਕਿਹੜਾ ਭੋਜਨ ਹੈ, ਔਰ ਇਹ ਬਚਨ ਕਹੇ ਸਨ, ਤੇਰੀ ਖੀਰ ਵਿੱਚੋਂ, ਤੇਰੀਆਂ ਪੂਰੀਆਂ ਦੇ ਵਿੱਚੋਂ ਗਰੀਬਾਂ ਦਾ ਖੂਨ ਨੁਚੜ ਰਿਹਾ ਹੈ, ਬੂੰਦਾਂ ਡਿੱਗ ਰਹੀਆਂ ਉਹਨਾਂ ਦੀਆਂ, ਤੂੰ ਨਜਾਇਜ਼ ਤੌਰ 'ਤੇ ਤੁਹਾਨੂੰ ਇਕੱਠਾ ਕੀਤਾ ਹੈ, ਤੂੰ ਬੜੇ ਤਰੀਕੇ ਵਰਤੇ ਨੇ, ਬੜੇ ਹੱਥ ਕੰਢੇ ਵਰਤੇ ਨੇ, ਉਹਨਾਂ ਦੀ ਵਰਤੋਂ ਕਰਕੇ ਤੂੰ ਆਪਣੇ ਜੀਵਨ ਦੇ ਵਿੱਚ ਧਨ ਕਮਾਇਆ ਹੈ। ਹੁਣ ਉਸ ਧਨ ਦੇ ਵਿੱਚੋਂ ਤੂੰ ਜੇ ਦਸਵੰਧ ਕੱਢ ਵੀ ਦੇਵੇਂਗਾ, ਤੇਰੀ ਕਮਾਈ ਦੇ ਕੀ ਅਰਥ ਹੋ ਸਕਦੇ ਨੇ? ਇਹ ਤੇ ਬੜਾ ਔਖਾ ਹੈ। ਦਸਵੰਧ ਦੇ ਅਰਥ ਇਹ ਤਾਂ ਨਹੀਂ ਕਿ ਤੁਸੀਂ ਜਿਵੇਂ ਦਾ ਮਰਜ਼ੀ ਕਮਾਓ ਤੇ ਫਿਰ ਦਸਵੰਧ ਕੱਢੋ, ਇਹਦਾ ਇਹ ਕੋਈ ਅਰਥ ਨਹੀਂ ਹੈ। ਤਾਂ ਉਹਦੀਆਂ ਪੂਰੀਆਂ ਦੇ ਵਿੱਚੋਂ ਸਤਿਗੁਰਾਂ ਨੇ ਲਹੂ ਨੂੰ ਚੜਦਾ ਦਿਖਾਇਆ। ਦੂਸਰੇ ਪਾਸੇ ਭਾਈ ਲਾਲੋ ਦੇ ਸੁੱਕੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀਆਂ ਧਾਰਾਂ ਲੱਗਦੀਆਂ ਦਿਖਾਈਆਂ, ਭਾਵ ਕੀ ਸੀ? ਕਿ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਭਾਈ ਲਾਲੋ ਵਰਗਾ ਫਿਰ ਭੰਡਾਰਾ ਹੋਵੇ, ਸਵਾਦ ਆ ਜਾਏ। ਜੀਵਨ ਇੰਨਾ ਸ਼ੁੱਧ ਹੋਣਾ ਚਾਹੀਦਾ। ਧਰਮ ਦੇ ਅਰਥ ਨੇ ਸ਼ੁੱਧਤਾ, ਧਰਮ ਦੇ ਅਰਥ ਨੇ ਜਿਹਦੇ ਵਿੱਚ ਕੋਈ ਸਮਝੌਤਾਬਾਦੀ ਨਹੀਂ ਹੈ, ਲੱਗ ਲਪੇੜ ਨਹੀਂ ਹੈ ਕਿ ਕੀ ਕਰੀਏ ਜੀ, ਹੁਣ ਤਾਂ ਸਮਾਂ ਹੀ ਉਹਨਾਂ ਦਾ ਜੀ, ਕੀ ਕਰੀਏ ਹੁਣ। ਔਰ ਉਸ ਕੌਮ ਦੀ ਦੁਰਗਤੀ ਹੁੰਦੀ ਇਸ ਧਰਤੀ ਦੇ, ਜਿਹਦੇ ਵਿੱਚ ਲੋਕ ਮੌਕਾ ਪ੍ਰਸਤ ਹੋ ਜਾਂਦੇ ਨੇ, ਸਮਝੌਤਾਬਾਦੀ ਹੋ ਜਾਂਦੇ, ਝੂਠ ਨਾਲ ਸਮਝੌਤਾ ਕਰ ਲੈਂਦੇ, ਪਖੰਡ ਨਾਲ ਸਮਝੌਤਾ ਕਰ ਲੈਂਦੇ ਨੇ, ਔਰ ਆਪਣਾ ਕੰਮ ਚਲਾਉਣ ਵਾਸਤੇ, ਆਪਣਾ ਧੰਦਾ ਚਲਾਉਣ ਵਾਸਤੇ ਸੱਚ ਨੂੰ ਕਿੱਲੀ 'ਤੇ ਡੰਗ ਦਿੰਦੇ ਨੇ। ਉਹ ਕੌਮਾਂ ਸਹਿਜੇ ਸਹਿਜੇ ਧਰਤੀ 'ਤੇ ਕਮਜ਼ੋਰ ਪੈ ਜਾਂਦੀ, ਇਹ ਸਦਾ ਰਿਹਾ ਹੈ। ਤਾਂ ਜਿੰਨਾ ਚਿਰ ਸਾਧ ਸੰਗਤ ਮਨੁੱਖ ਅੰਦਰ ਨੂੰ ਹਉਮੈ ਦੀ ਮੈਲ ਨੂੰ ਧੋਣ ਦਾ ਯਤਨ ਨਹੀਂ ਕਰਦਾ, ਗੁਰੂ ਸਾਹਿਬ ਕਹਿ ਰਹੇ ਨੇ, ਮੈਂ ਦੇਵਤਿਆਂ ਦੀ ਗੱਲ ਕਰ ਰਿਹਾ ਸੀ, 33 ਕਰੋੜ ਦੇਵਤਾ ਕਿਹੜਾ ਹੈ? 33 ਕਰੋੜ ਮਨੁੱਖ ਹੀ 33 ਕਰੋੜ ਦੇਵਤਾ ਹੈ। ਉਹਦੀ ਪੂਜਾ ਕਰ, ਉਹਦਾ ਸਤਿਕਾਰ ਕਰ, ਪੂਜਾ ਦੇ ਅਰਥ ਨੇ ਉਹਦੇ ਨਾਲ ਪਿਆਰ ਕਰ, ਹਰ ਇੱਕ ਮਨੁੱਖ ਦੇ ਨਾਲ। ਉਹਦੇ ਅੱਗੇ ਕੁਝ ਭੇਦ ਚੜਾ, ਉਸਨੂੰ ਕੁਝ ਦੇ, ਜੋ ਉਹਦੇ ਕੋਲ ਨਹੀਂ ਉਹ ਤੇਰੇ ਤੇ ਖੁਸ਼ ਹੋ ਜਾਏਗਾ, ਉਹ ਦੇਵਤਾ ਹੈ। 33 ਕਰੋੜ ਮਨੁੱਖ ਹੀ 33 ਕਰੋੜ ਦੇਵਤਾ ਹੈ। ਤਾਂ ਤੂੰ ਜਿਉਂਦੇ ਦੇਵਤਿਆਂ ਨੂੰ ਨਾਰਾਜ਼ ਕਰਕੇ ਕਿਸ ਦੇਵਤੇ ਦੀ ਖੋਜ ਕਰ ਰਿਹਾ? ਇਸ ਲਈ ਕਹਿੰਦੇ ਕਿ ਪਰਮਾਤਮਾ ਦੇ ਦੋ ਸਰੂਪ ਨੇ, ਇੱਕ ਉਹਦਾ ਸਰੂਪ ਅਣਦਿਸਦਾ, ਉਹਨੂੰ ਸਿੱਖ ਜਪਦਾ, ਇਹ ਹੈ ਸਿੱਖ ਦੀ ਰਵਾਇਤ ਤੇ ਪੂਜਾ। ਜੋ ਵਾਹਿਗੁਰੂ ਦਾ ਅਣਦਿਸਦਾ ਰੂਪ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼ਬਦ ਨਾਮ ਉਹਨੂੰ ਤਾਂ ਜਪਦਾ ਹੈ, ਉਹਦਾ ਤੇ ਸਿਮਰਨ ਕਰਦਾ ਹੈ, ਉਹਦੀ ਤੇ ਯਾਦ ਵਿੱਚ ਜਿਉਂਦਾ ਹੈ, ਉਹਦੇ ਨਾਲ ਤੇ ਅੰਦਰੋਂ ਜੁੜਦਾ ਹੈ, ਤੇ ਜਦੋਂ ਬਾਹਰ ਅੱਖ ਖੋਲਦਾ ਹੈ, ਸਾਰਾ ਸੰਸਾਰ ਹੀ ਉਹਦਾ ਪਰਮਾਤਮਾ ਹੈ, ਸਾਰਾ ਸੰਸਾਰ ਉਹਦਾ ਪਰਮੇਸ਼ਰ ਹੈ। ਸਗਲ ਸਮਗਰੀ ਜਾਂ ਕਾ ਤਨਾ, ਤਨ ਦੇ ਅਰਥ ਨੇ ਸਰੀਰ, ਇਹ ਸਮੱਗਰੀ ਉਹਦਾ ਹੀ ਤਾਂ ਸਰੀਰ ਹੈ। ਇਹ ਜਿੰਨਾ ਕਲਾ ਦਿਸ ਰਿਹਾ ਹੈ, ਇਹ ਅਕਾਲ ਪੁਰਖ ਆਪ ਹੀ ਤੇ ਰੂਪਮਾਨ ਹੋਇਆ, ਇਹਨੂੰ ਸਨੇਹ ਕਰ, ਇਹਨੂੰ ਪਿਆਰ ਕਰ। ਇਹ ਦੋ ਰੂਪ ਸਿੱਖ ਆਪਣੇ ਜੀਵਨ ਵਿੱਚ ਰੱਖਦਾ ਹੈ, ਅੰਦਰ ਜੁੜਦਾ ਸਿਮਰਨ ਦੁਆਰਾ, ਬਾਹਰ ਜੁੜਦਾ ਸੇਵਾ ਦੁਆਰਾ। ਦੋ ਹੀ ਚੀਜ਼ਾਂ ਸਾਨੂੰ ਦਿੱਤੀਆਂ, ਸਿਮਰਨ ਤੇ ਸੇਵਾ। ਸਿਮਰਨ ਹੈ ਨਾਮ ਨਾਲ ਸੰਬੰਧਿਤ, ਅੰਮ੍ਰਿਤ ਵੇਲੇ ਨਾਲ ਸੰਬੰਧਿਤ, ਸੇਵਾ ਹੈ ਬਾਹਰਲੇ ਪਾਸੇ ਕਿਰਤ ਨਾਲ ਸੰਬੰਧਿਤ। ਸੇਵਾ ਕਰ, ਸੰਸਾਰ ਦੀ ਸੇਵਾ ਕਰ। ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੂੰ ਆਖੀਐ ਜਾਂ ਤਿਸ ਦਿਨ ਕੋਈ ਨਾ ਹੈ। ਤਾਂ ਇੱਥੇ ਬਚਨ ਕਹਿ ਰਹੇ ਨੇ,
ਘੱਟ ਫੂਟੇ ਤੇ ਉਹੀ ਪ੍ਰਕਾਸ਼ ਜਦੋਂ ਘੜੇ ਟੁੱਟ ਗਏ ਭਰਮ ਦੇ ਨਜ਼ਰ ਖੁੱਲ ਗਈ ਪ੍ਰਕਾਸ਼ ਹੋ ਗਿਆ ਫਿਰ ਇਹ ਜੀਵ ਵੱਖਰੇ ਨਹੀਂ ਦਿਸਦੇ ਇੱਕ ਦਾ ਫੈਲਾਵ ਦਿਸਦਾ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਦੇ ਅਰਥ ਨੇ ਜਿਸ ਦ੍ਰਿਸ਼ਟੀ ਵਿੱਚ ਜੋ ਹੋਵੇ ਉਹ ਨਾ ਦਿਸੇ ਭਰਮ ਦੇ ਅਰਥ ਨੇ ਜੋ ਨਾ ਹੋਵੇ ਉਹ ਦਿਸੇ ਜੋ ਹੋਵੇ ਉਹ ਨਾ ਦਿਸੇ ਇਹ ਹੈ ਭਰਮ ਜਿਨ੍ਹਾਂ ਨੇ ਇਹਦੀ ਖੋਜ ਕੀਤੀ ਉਹ ਕਹਿੰਦੇ ਜੋ ਕੋਈ ਤੁਹਾਨੂੰ ਇਹ ਦਿਸ ਰਿਹਾ ਹੈ ਸੰਸਾਰ ਇਹ ਨਹੀਂ ਹੈ ਇਹ ਤੁਹਾਡੀ ਅੱਖ ਦਾ ਭੁਲੇਖਾ ਹੈ ਤੇ ਜੋ ਪਰਮਾਤਮਾ ਤੁਹਾਨੂੰ ਨਹੀਂ ਦਿਸ ਰਿਹਾ ਉਹ ਹੈ ਉਹ ਤੁਹਾਡੀ ਨਜ਼ਰ ਵਿੱਚ ਨਹੀਂ ਆ ਰਿਹਾ ਜੋ ਕੋਈ ਦਿਸ ਰਿਹਾ ਹੈ ਨਹੀਂ ਥੋੜ੍ਹਾ ਥੋੜ੍ਹਾ ਵਿਗਿਆਨ ਇਹਦੇ ਨੇੜੇ ਜਾ ਰਿਹਾ ਉਹ ਜਦੋਂ ਆਪਣੇ ਸਿਸਟਮ ਰਾਹੀਂ ਇਹਨਾਂ ਕੰਧਾਂ ਨੂੰ ਵੇਖਦੇ ਨੇ ਕਹਿੰਦੇ ਕੰਧਾਂ ਨਹੀਂ ਦਿਸਦੀਆਂ ਚੰਦ ਨੂੰ ਦਿਸਦਾ ਹੈ ਥੋੜ੍ਹਾ ਜਿਹਾ ਉਹਨਾਂ ਨੇ ਪੜਿਆ ਸੀ ਬਹੁਤਾ ਅੱਗੇ ਨਹੀਂ ਜਾ ਸਕਣਗੇ ਉਹ ਜਦੋਂ ਆਪਣੀ ਦ੍ਰਿਸ਼ਟੀ ਨਾਲ ਆਪਣੇ ਯੰਤਰ ਦੇ ਰਾਹੀਂ ਥੋੜ੍ਹੇ ਹੋਰ ਸਾਲਾਂ ਨੂੰ ਸੰਸਾਰ ਨੂੰ ਦੇਖਣਗੇ ਤੇ ਜਦੋਂ ਕਿਸੇ ਬਿਲਡਿੰਗ ਤੇ ਕਿਸੇ ਗੱਡੀ ਦੇ ਉੱਤੇ ਉਹ ਆਪਣਾ ਕੈਮਰਾ ਲਾਉਣਗੇ ਉਹਦੀ ਤਸਵੀਰ ਨਹੀਂ ਆਵੇਗੀ ਵਿੱਚ ਗਵਾਚ ਗਈ ਕਿਉਂਕਿ ਅਸਲ ਵਿੱਚ ਹੈ ਹੀ ਨਹੀਂ ਹੈ ਇਹ ਸਾਡੀ ਦ੍ਰਿਸ਼ਟੀ ਦਾ ਭੁਲੇਖਾ ਹੈ ਸੰਸਾਰ ਅਸਲ ਵਿੱਚ ਨਹੀਂ ਹੈ ਅਸਲ ਵਿੱਚ ਪਰਮਾਤਮਾ ਹੈ ਪਰ ਭਰਮ ਕਰਕੇ ਸੰਸਾਰ ਦਿਸਦਾ ਹੈ ਜੋ ਨਹੀਂ ਉਹ ਦਿਸਦਾ ਹੈ ਜੋ ਹੈ ਉਹ ਨਜ਼ਰ ਵਿੱਚ ਨਹੀਂ ਆਉਂਦਾ ਤੁਸੀਂ ਬਾਣੀ ਪੜ੍ਹੋ ਸੁਖਮਣੀ ਸਾਹਿਬ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਬਾਹਰ ਹੈ ਸਭ ਕੁਝ ਜੁੜਿਆ ਹੈ ਇਹ ਕਾਹਦੇ ਕਰਕੇ ਭਰਮ ਕਰਕੇ ਹੈ ਭਰਮ ਦ੍ਰਿਸ਼ਟੀ ਹੈ ਦ੍ਰਿਸ਼ਟੀ ਕਰਕੇ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਅੱਖ ਕਰਕੇ ਅੱਖ ਤੇ ਪ੍ਰਕਾਸ਼ ਪੈਂਦਾ ਅੱਖ ਵਿੱਚ ਕਈ ਪ੍ਰਕਾਰ ਦੇ ਰੰਗ ਨੇ ਅੱਖ ਦਾ ਵਿਸ਼ਾ ਹੈ ਅਗਨੀ ਤੱਤ ਇਹਦੇ ਕਰਕੇ ਚੀਜ਼ਾਂ ਦੇ ਰੰਗ ਬਣਦੇ ਨੇ ਇਹਨਾਂ ਰੰਗਾਂ ਦਾ ਇਹ ਕੁਝ ਨਹੀਂ ਹੈ ਜਿਹੜੇ ਰੰਗ ਸਾਨੂੰ ਦਿਸ ਰਹੇ ਨੇ ਇਹ ਸਾਡੀਆਂ ਅੱਖਾਂ ਦੇ ਵਿੱਚ ਅਗਨੀ ਤੱਤ ਦਾ ਪ੍ਰਭਾਵ ਨੇ ਜਿਹਦੇ ਕਰਕੇ ਵੱਖਰੇ ਵੱਖਰੇ ਰੰਗ ਨਜ਼ਰ ਆਉਂਦੇ ਇਸ ਕਰਕੇ ਜਿਹੜੇ ਮਰੀਜ਼ ਕਈ ਮਰੀਜ਼ ਹੁੰਦੇ ਨੇ ਮਾਨਸਿਕ ਰੋਗੀ ਉਹਨਾਂ ਦੇ ਜੀਵਨ ਵਿੱਚ ਅਗਨੀ ਤੱਤ ਜਿਹੜਾ ਉਹ ਗੜਬੜਾ ਜਾਂਦਾ ਘੱਟ ਵੱਧ ਹੋ ਜਾਂਦਾ ਉਹਦੇ ਕਰਕੇ ਉਹਨਾਂ ਨੂੰ ਕਈ ਤਸਵੀਰਾਂ ਦਿਸਣ ਲੱਗ ਪੈਂਦੀਆਂ ਨੇ ਕਈ ਰੰਗ ਬਿਰੰਗੀਆਂ ਤਸਵੀਰਾਂ ਉਹਦੇ ਕਈ ਅੱਖ ਕੱਢਦੇ ਤੇ ਮੈਨੂੰ ਇਹ ਦਿਸਿਆ ਮੈਨੂੰ ਉਹ ਦਿਸਿਆ ਉਹ ਸਿਰਫ ਅੱਖ ਦਾ ਭੁਲੇਖਾ ਹੈ ਦ੍ਰਿਸ਼ਟੀ ਭੇਦ ਹੈ ਤਾਂ ਉਹ ਭਰਮ ਜਦੋਂ ਖਤਮ ਹੋ ਗਿਆ ਫਿਰ ਇੱਕ ਦੇ ਵਿਚਾਰ ਹੋਏ ਜੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭਰਮ ਲੋਭ ਲੋਭ ਦਾ ਅਰਥ ਪਕੜ ਮੋਹ ਦਾ ਅਰਥ ਪਕੜ ਲੋਭ ਦਾ ਅਰਥ ਵਾਸ਼ਨਾ ਮਾਇਆ ਵਿਕਾਰ ਵਿਕਾਰਾਂ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਜਦੋਂ ਭਰਮ ਛੁੱਟੇ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਭਰਮ ਟੁੱਟ ਗਏ ਤੇ ਏਕੰਕਾਰ ਇੱਕੋ ਰਹਿ ਗਿਆ ਉਹ ਅਵਿਨਾਸ਼ੀ ਬਿਨਸਤ ਨਾਹੀ ਫਿਰ ਉਹ ਅਵਿਨਾਸ਼ੀ ਵਾਹਿਗੁਰੂ ਬਿਨਸਦਾ ਨੇ ਸਦਾ ਹੀ ਕਾਇਮ ਰਹਿੰਦਾ ਨਾ ਕੋ ਆਵੇ ਨਾ ਕੋ ਜਾਹੀ ਫਿਰ ਪਤਾ ਲੱਗਦਾ ਨਾ ਕੋਈ ਆਉਂਦਾ ਹੈ ਨਾ ਕੋਈ ਜਾਂਦਾ ਹੈ ਨਾ ਕੋਈ ਜਨਮ ਲੈਂਦਾ ਨਾ ਕੋਈ ਮਰਦਾ ਖੇਡ ਚੱਲਦੀ ਸਿਰਫ ਇੱਕ ਦ੍ਰਿਸ਼ਟੀ ਦਾ ਭੇਦ ਭਰਮ ਦਾ ਇੱਕ ਭੇਦ ਹੈ ਗੁਰ ਪੂਰਾ ਹੋਮੈ ਮਨ ਧੋਈ ਪਰ ਇਹ ਸੁੱਖ ਦੀ ਦਾਤ ਕਦੋਂ ਮਿਲੇਗੀ ਜਦੋਂ ਪੂਰੇ ਗੁਰੂ ਨੇ ਹੋਮੈ ਦੀ ਮੈਲ ਨੂੰ ਧੋ ਦਿੱਤਾ ਕਹੋ ਨਾਨਕ ਮੇਰੀ ਪਰਮ ਗਤ ਹੋਈ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਪਰਮ ਗਤ ਦਾ ਅਰਥ ਹੈ ਸੰਪੂਰਨ ਸੰਤੁਸ਼ਟੀ ਦੀ ਦਸ਼ਾ ਜਿਹਦੇ ਵਿੱਚ ਜ਼ਿੰਦਗੀ ਵਿੱਚ ਹੋਰ ਕੋਈ ਖੋਜ ਨਹੀਂ ਰਹਿੰਦੀ ਉਹਨੂੰ ਕਹਿੰਦੇ ਪਰਮ ਗਤੀ ਜਿੱਥੇ ਜਾ ਕੇ ਕੋਈ ਇੱਛਾ ਨਹੀਂ ਬਚਦੀ ਸੰਪੂਰਨ ਤ੍ਰਿਪਤੀ ਕੁਝ ਚਾਹੀਦਾ ਨਹੀਂ ਜੀਵਨ ਪੂਰਾ ਰਜੇਵੇਂ ਵਿੱਚ ਆਇਆ ਉਦੋਂ ਸਮਝੋ ਅਸੀਂ ਜੀਵਨ ਵਿੱਚ ਸਫਲ ਹੋ ਗਏ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਆਓ ਸਮੇਂ ਦੀ ਸਮਾਪਤੀ ਹੈ ਇਹਦੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ ਬੇਅੰਤ ਪ੍ਰਕਾਰ ਦੀ ਪੁਰਸ਼ਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ।